ਬਜ਼ੁਰਗ ਦਿਵਸ ਤੇ ਵਿਸ਼ਵ ਜਾਗਰਤੀ ਮਿਸ਼ਨ ਵੱਲੋਂ ਸ੍ਰੀ ਸੰਧਾਸ਼ੂ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼੍ਰੀਮਤੀ ਰਾਜਰਾਣੀ ਅਤੇ ਸ੍ਰੀ ਰੋਸ਼ਨ ਲਾਲ ਅਗਰਵਾਲ ਦੀ ਯਾਦ ਨੂੰ ਸਮਰਪਿਤ 10ਵਾਂ ਅੱਖਾਂ ਦਾ ਬਵਾਸੀਰ ਦਾ ਅਤੇ ਆਪਰੇਸ਼ਨ ਕਰਨ ਦਾ ਫ੍ਰੀ ਮੈਡੀਕਲ ਕੈਂਪ ਰਾਣਾ ਮੁਨਸ਼ੀ ਰਾਮ ਸਰਵ ਹਿੱਤਕਾਰੀ ਸਕੂਲ ਸਰਹੰਦੀ ਮੰਡੀ ਵਿਖੇ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਅਜਿਹੇ ਕੈਂਪਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਸਹੀ ਮਦਦ ਹੋ ਸਕੇ। ਇਹ ਜੀ ਅੱਜ ਇੱਥੇ ਅੱਖਾਂ ਦਾ ਔਰ ਬਵਾਸੀਰ ਦਾ ਇੱਕ ਫ੍ਰੀ ਮੈਡੀਕਲ ਕੈਂਪ ਜਿਹੜਾ ਰੱਖਿਆ ਹੈਗਾ ਵਿਸ਼ਵ ਜਾਗਰਤੀ ਮਿਸ਼ਨ ਵੱਲੋਂ, ਬੜਾ ਇਹਦੇ ਵਿੱਚ ਲੋਕਾਂ ਦਾ ਉਤਸ਼ਾਹ ਹੈ ਔਰ ਬਹੁਤ ਪੇਸ਼ੈਂਟਸ ਆਏ ਆ ਔਰ ਇਹਦਾ ਲਾਭ ਉਠਾ ਰਹੇ ਹੈਗੇ ਆ। ਡਾਕਟਰਸ ਬੜੀ ਇਸ ਨੂੰ ਖੁਸ਼ੀ ਦੇ ਨਾਲ ਔਰ ਮਿਹਨਤ ਨਾਲ ਲੋਕਾਂ ਦੀ ਸੇਵਾ 'ਚ ਲੱਗੇ ਆ। ਇਸ ਦੇ ਨਾਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਵੀ ਦਿੰਦਾ ਔਰ ਸ਼ੁਭਕਾਮਨਾਵਾਂ ਵੀ ਦਿੰਦਾ ਕਿ ਅੱਗੇ ਨੂੰ ਵੀ ਇੱਦਾਂ ਦੀ ਸੇਵਾ ਦੇ ਕੈਂਪਸ ਲਗਾਉਂਦੇ ਰਹਿਣ। ਇਸ ਮੌਕੇ ਸਮਾਜ ਸੇਵਕ ਅਤੇ RSS ਦੇ ਸੰਚਾਲਕ ਸ੍ਰੀ ਜਗਦੀਸ਼ ਵਰਮਾ ਨੇ ਕਿਹਾ ਅੱਜ ਦਾ ਇਹ ਪਰਬ 2 ਅਕਤੂਬਰ ਨੂੰ ਸਮਝ ਕੇ ਜਿਹੜਾ ਨੇੜੇ ਦਾ ਐਤਵਾਰ ਹੁੰਦਾ ਸੀ ਉਸ ਦਿਨ ਇਹਨੂੰ ਮਨਾਉਂਦੇ ਹਾਂ। ਇਹ ਮਾਤਾ ਪਿਤਾ ਦੀ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਔਰ ਉਸ ਦਿਨ ਅਸੀਂ ਅੱਖਾਂ ਦਾ ਔਰ ਬਵਾਸੀਰ ਦਾ ਇਹ ਅਸੀਂ ਕੈਂਪ ਲਾਉਂਦੇ ਹਾਂ ਔਰ ਲੋਕਾਂ ਦੀ ਫ੍ਰੀ ਸੇਵਾ ਕਰਦੇ ਔਰ ਇਹ ਸਾਡਾ ਵਿਸ਼ਵ ਜਾਗਰਤੀ ਮਿਸ਼ਨ ਦੀ ਤਰਫੋਂ ਅੱਖਾਂ ਦਾ 10ਵਾਂ ਕੈਂਪ ਹੈ ਔਰ ਬਵਾਸੀਰ ਦਾ 8ਵਾਂ ਕੈਂਪ ਹੈ। ਅਸੀਂ ਆਏ ਹੋਏ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਈਸ਼ਵਰ ਦੇ ਅੱਗੇ ਵੀ ਜਿਹੜਾ ਸਾਡੇ ਕੋਲ ਆਵੇ ਔਰ ਆਪਣਾ ਉਹ ਆਰਾਮ ਫਾਇਦਾ ਕਰਕੇ ਜਾਵੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਸ ਕੈਂਪ ਵਿੱਚ ਡਾਕਟਰ ਜਸਵੰਤ ਸਿੰਘ ਅੱਖਾਂ ਦੇ ਮਾਹਰ ਅਤੇ ਡਾਕਟਰ ਨਰਿੰਦਰ ਸਿੰਘ ਦੀ ਟੀਮ ਨੇ 600 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ, ਜਦੋਂ ਕਿ ਬਵਾਸੀਰ ਦੇ 550 ਦੇ ਕਰੀਬ ਮਰੀਜ਼ਾਂ ਨੂੰ ਡਾਕਟਰ ਹਤਿੰਦਰ ਸੂਰੀ ਨੇ ਚੈੱਕ ਕਰਕੇ ਲੋੜਵੰਦਾਂ ਨੂੰ ਆਪਰੇਸ਼ਨ ਕਰਨ ਦੀਆਂ ਤਰੀਕਾਂ ਦਿੱਤੀਆਂ। ਡਾਕਟਰ ਹਤਿੰਦਰ ਸੂਰੀ ਸੰਚਾਲਕ ਰਾਣਾ ਬਵਾਸੀਰ ਹਸਪਤਾਲ ਸਰਹੰਦ ਨੇ ਦੱਸਿਆ ਅੱਜ ਵਿਸ਼ਵ ਜਾਗਰਤੀ ਮਿਸ਼ਨ ਵੱਲੋਂ ਅੱਖਾਂ ਔਰ ਬਵਾਸੀਰ ਦਾ 9ਵਾਂ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬਵਾਸੀਰ ਦਾ ਔਰ ਅੱਖਾਂ ਦੇ ਮੋਤੀਏ ਦਾ ਇਲਾਜ ਹੋਏਗਾ ਔਰ ਇਸ ਤੋਂ ਇਲਾਵਾ ਇਸ ਵਿੱਚ ਜਿਹਦੇ ਸ਼ੂਗਰ ਕਰਕੇ ਜਿਹੜੇ ਲੋਕਾਂ ਦੇ ਪਰਦੇ ਖਰਾਬ ਹੁੰਦੇ ਉਹਨਾਂ ਦਾ ਵੀ ਇਲਾਜ ਹੋਏਗਾ। ਇਹ ਇਲਾਜ ਬਿਲਕੁਲ ਫ੍ਰੀ ਹੋਏਗਾ ਔਰ ਇਹਦੀ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੀ ਫੈਸਿਲਿਟੀ ਇੱਕ ਪ੍ਰਾਈਵੇਟ ਪੇਸ਼ੈਂਟ ਨੂੰ ਮਿਲਦੀ ਹੈ ਪ੍ਰਾਈਵੇਟ ਹੋਸਪਿਟਲ 'ਚ, ਉਹ ਸਾਰੀ ਫੈਸਿਲਿਟੀ ਇਸ ਕੈਂਪ 'ਚ ਵੀ ਹਰ ਪੇਸ਼ੈਂਟ ਨੂੰ ਫ੍ਰੀ ਆਫ ਕੋਸਟ ਮਿਲੇਗੀ। ਅਸੀਂ ਇਸ ਗੱਲ ਲਈ ਕਮਿਟਿਡ ਹਾਂ, ਅਸੀਂ ਲੋਕਾਂ ਦਾ ਥੈਂਕਸ ਕਰਦੇ ਹਾਂ ਕਿ ਉਹਨਾਂ ਦਾ ਇੰਨਾ ਫੇਥ ਹੈ ਇਸ ਕੈਂਪ 'ਚ ਕਿ ਇੰਨੀ ਭਾਰੀ ਸੰਖਿਆ 'ਚ ਲੋਕ ਆਏ ਰਹੇ ਅਤੇ ਉਮੀਦ ਕਰ ਰਹੇ ਕਿ ਹਰ ਸਾਲ ਸਾਡੇ ਨਾਲ ਇਸ ਤਰ੍ਹਾਂ ਹੀ ਕੋਆਪਰੇਟ ਕਰਨਗੇ ਤਾਂ ਅਸੀਂ ਥੋੜ੍ਹਾ ਸਮਾਜ ਸੇਵਾ